ਪੰਜਾਬੀ ਮੇਰੀ ਮਾਂ ਵਰਗੀ, ਪੰਜਾਬੀ ਮੇਰੇ ਨਾਂ ਵਰਗੀ, ਪੰਜਾਬੀ ਨਾਨਕ ਦੀ ਰਬਾਬ ਵਰਗੀ, ਪੰਜਾਬੀ ਰਾਵੀ ਅਤੇ ਚਨਾਬ ਵਰਗੀ, ਪੰਜਾਬੀ ਲਾਹੌਰ ਦੇ ਜਨਾਬ ਵਰਗੀ, ਪੰਜਾਬੀ ਬੋਰਡ ਦੀ ਛਾਂ ਵਰਗੀ, ਪੰਜਾਬੀ ਲੱਗਦੀ ਆ ਨਿਰੀ ਮੈਨੂੰ ਮੇਰੀ ਮਾਂ ਵਰਗੀ, ਪੰਜਾਬੀ ਲੱਗਦੀ ਆ ਨਿਰੀ ਮੈਨੂੰ ਮਾਂ ਵਰਗੀ। ਕਿਸੇ ਸ਼ਾਇਰ ਨੇ ਫਿਰ ਲਿਖਿਆ ਕਿ ਮੈਨੂੰ ਮਾਂ ਦੇ ਦੁੱਧ ਦੀ ਯਾਦ ਆਵੇ ਸਾਬਕ ਜਦ ਮੈਂ ਪੰਜਾਬੀ ਬੋਲਦਾ ਹਾਂ, ਮੈਂ ਜਦ ਪੰਜਾਬੀ ਬੋਲਦਾ ਹਾਂ। ਪੰਜਾਬੀ ਮਾਂ ਬੋਲੀ ਦਾ ਅੱਜ ਜੋ ਸਾਰੀ ਦੁਨੀਆ 'ਤੇ ਮਨਾਇਆ ਜਾ ਰਿਹਾ ਕਿ ਮਾਂ ਬੋਲੀ ਦਾ ਦਿਵਸ ਅੱਜ 21 ਫਰਵਰੀ, ਸੋ ਬਟਾਲਾ ਸ਼ਹਿਰ ਦੇ ਵਿੱਚ ਤੁਹਾਨੂੰ ਦੱਸਿਆ ਜਾ ਰਿਹਾ ਕਿ ਇਹ ਜੋ ਮੇਲਾ ਲੱਗਾ ਹੈ ਕਿਤਾਬਾਂ ਦਾ, ਇਹ ਮਾਂ ਬੋਲੀ ਨੂੰ ਸਮਰਪਿਤ ਆ। ਸਾਡੇ ਨਾਲ ਜੋ ਸਹਿਯੋਗ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਹਾਂਜੀ ਸਰ, ਤੁਸੀਂ ਇਹਦੇ ਬਾਰੇ ਬੋਲੋ, ਕੁਛ ਸ਼ੋਰਟ ਬੋਲਿਓ। ਮੇਰਾ ਨਾਮ ਦਵਿੰਦਰ ਦਿਦਾਰ ਹੈ। ਮੇਰੀਆਂ 7 ਕਿਤਾਬਾਂ ਆ ਚੁੱਕੀਆਂ ਨੇ ਅਤੇ ਅੱਜ ਦਾ ਜਿਹੜਾ ਪੰਜਾਬੀ ਮਾਂ ਬੋਲੀ ਦਾ ਦਿਵਸ ਹੈ, ਮਾਂ ਬੋਲੀ ਦਾ ਦਿਵਸ ਹੈ, ਪੰਜਾਬੀ ਦੇ ਵਿੱਚ ਆਉਣੀ ਸਾਰੀ ਮਾਂ ਬੋਲੀ ਦੀ, ਹਰ ਪੰਜਾਬੀ ਹਰ ਮਾਂ ਬੋਲੀ ਦਾ ਦਿਵਸ ਹੈ। ਔਰ ਜਿਹੜਾ ਮਾਂ ਨੂੰ ਭੁੱਲ ਜਾਂਦਾ ਹੈ ਜਾਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਜਾਂ ਆਪਣੀ ਧਰਤੀ ਮਾਂ ਨੂੰ ਭੁੱਲ ਜਾਂਦਾ, ਉਹਦਾ ਜੀਣ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਦਾ ਹੁੰਦਾ। ਇੱਥੇ ਅੱਜ ਇਹੋ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੇ ਨਸ਼ੇ ਆ ਉਹਨਾਂ ਨੂੰ ਦੂਰ ਕੀਤਾ ਜਾਵੇ, ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ, ਅਤੇ ਜੇ ਅੱਖਰ ਤੁਹਾਡੇ ਕੋਲ ਹੋਣਗੇ ਤਦੇ ਤੁਸੀਂ ਸਹੀ ਬੰਦੇ ਜੇ, ਜਿਹਦੇ ਅੱਖਰਾਂ ਤੋਂ ਬਿਨਾਂ ਬੰਦਾ ਕੋਈ ਨਹੀਂ ਜਾਏਗਾ। ਥੈਂਕ ਯੂ। ਸੋ ਤੁਸੀਂ ਵੇਖ ਰਹੇ ਕਿ ਸਾਰੇ ਲੋਕ ਉਹ ਆ ਕੇ ਕਿਸ ਤਰ੍ਹਾਂ ਕਿਤਾਬਾਂ ਦਾ ਲੰਗਰ ਜੋ ਚੱਲ ਰਿਹਾ ਆ, ਔਰ ਉਹ ਵੇਖੋ ਬਾਹਰ ਹਜ਼ਾਰਾਂ ਲੋਕ ਇੱਥੇ ਆਉਣੇ ਆ ਸਾਰਾ ਦਿਨ, ਔਰ ਬੜਾ ਜੇ ਸਵੇਰੇ ਸਵੇਰੇ ਹੋਇਆ ਕਿ ਇਹਨਾਂ ਲੋਕ ਇੰਟਰਸਟ ਲੈ ਰਹੇ ਆ। ਮੇਰੇ ਨਾਲ ਜੋ ਇੱਥੋਂ ਦੇ ਹੋਰ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਤੁਸੀਂ ਕੋਈ ਦੋ ਸ਼ਬਦ ਕਹੋ, ਇੱਧਰ ਨੂੰ ਕਰੋ। ਹਾਂਜੀ, ਮੈਂ ਵਰਗੀ ਸਲਾਮਤ, ਮੀਤ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ ਜੀ। ਅਸੀਂ ਇਹ ਉਪਰਾਲਾ ਕਿਤਾਬਾਂ ਦਾ ਲੰਗਰ, ਪੁਸਤਕਾਂ ਦਾ ਲੰਗਰ ਉਸ ਮੌਕੇ ਲਗਾ ਰਹੇ ਹਾਂ ਜਦ ਅੱਜ ਕੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਜੀ। ਔਰ ਅਸੀਂ ਇਸ ਤੋਂ ਇਹ ਸੁਨੇਹ ਦੇਣਾ ਚਾਹੁੰਦੇ ਹਾਂ ਕਿ ਲੋਕ ਪੁਸਤਕ ਕਲਚਰ ਨਾਲ ਜੁੜਨ, ਲੋਕ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੁੜਨ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ। ਅੱਜ ਸਾਡੇ ਪੰਜਾਬ ਦਾ ਮਾਹੌਲ ਇਹੋ ਜਿਹਾ ਕਿ ਲੋਕ ਕਿਤਾਬਾਂ ਤੋਂ ਦੂਰ ਹੋ ਰਹੇ ਨੇ, ਨਸ਼ਿਆਂ 'ਚ ਗਲਤਾਨ ਹੋ ਰਹੇ ਨੇ, ਔਰ ਇੱਦਾਂ ਦੀਆਂ ਕਈ ਸਮੱਸਿਆਵਾਂ ਸਾਨੂੰ ਸਮਾਜ ਸਾਡੇ ਸਮਾਜ ਨੂੰ ਤੋੜ ਰਹੀਆਂ ਨੇ। ਪੁਸਤਕਾਂ ਇਹਨਾਂ ਸਮੱਸਿਆ ਤੋਂ ਨਿਕਲਣ ਵਾਸਤੇ ਇੱਕ ਵਧੀਆ ਸਾਧਨ ਹੈ, ਸਾਥੀ ਹੈ। ਸੋ ਆਪਾਂ ਕਿਤਾਬਾਂ ਨੂੰ ਅਡੋਪਟ ਕਰੀਏ, ਕਿਤਾਬਾਂ ਨੂੰ ਆਪਣਾ ਜੀਵਨ ਦਈਏ ਅਤੇ ਇਹਨਾਂ ਨੂੰ ਪਿਆਰ ਕਰੀਏ ਅਤੇ ਕਿਤਾਬ ਦੇ ਕਲਚਰ ਨੂੰ ਅੱਗੇ ਵਧਾਈਏ। ਇਸੇ ਮਕਸਦ ਨਾਲ ਅੱਜ ਦਾ ਇਹ ਲੰਗਰ ਲਗਾਇਆ ਗਿਆ ਹੈ। ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਸਾਡੇ ਨਾਲ ਖੜ੍ਹੇ ਨੇ ਉਹ ਸ਼ਾਇਰ ਵੀ ਨੇ, ਲੇਖਕ ਵੀ ਨੇ, ਔਰ ਉਹਨਾਂ ਦੋ ਹਾਂਜੀ ਕੁਛ ਕਹੋ ਜੀ ਅੱਜ ਦੇ ਇਸ ਦਿਨ ਬਾਰੇ, ਮਾਂ ਬੋਲੀ ਦੇ ਕੁਛ ਬੋਲੋ ਕੁਛ ਬੋਲੋ। ਪ੍ਰਕਾਸ਼ ਭਗਤ ਜੀ, ਬਟਾਲਾ, ਲੋਕ ਲਿਖਾਰੀ ਪੰਚ ਬਟਾਲਾ ਵੱਲੋਂ ਜੀ, ਇੱਕ ਪੁਸਤਕਾਂ ਦਾ ਲੰਗਰ ਹਰ ਸਾਲ ਦੀ ਤਰ੍ਹਾਂ ਅੱਜ ਵੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜੀ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਪਿਛਲੇ ਸਾਲ ਅਸੀਂ ਘੱਟੋ ਘੱਟ 40-45 ਹਜ਼ਾਰ ਦੀਆਂ ਕਿਤਾਬਾਂ ਮੁੱਲ ਖਰੀਦ ਕੇ ਅਤੇ ਐਤਕੀ ਫਿਰ ਅਸੀਂ 1 ਲੱਖ ਤੋਂ ਵੱਧ ਉਪਰਾਲਾ ਕਰਨ ਦਾ ਯਤਨ ਕਰ ਰਹੇ ਹਾਂ ਅਤੇ ਕੁਝ ਵੀਰ ਮਿੱਤਰ ਸੱਜਣ ਦੂਰੋਂ ਦੂਰੋਂ ਲੇਖਕ ਆਪਣੇ ਬਾਕੀਆਂ ਸੁਭਾਵਾਂ ਦੇ ਵੀ ਪੁਸਤਕਾਂ ਸਾਡੇ ਨਾਲ ਲੈ ਕੇ ਆ ਰਹੇ ਨੇ, ਵੱਧ ਤੋਂ ਵੱਧ ਸਹਿਯੋਗ ਦੇ ਰਹੇ ਨੇ। ਬਹੁਤ ਪਬਲਿਕ ਵੀ ਸਾਡੇ ਨਾਲ ਦੋ ਲਾਈਨਾਂ ਬੋਲ ਦਿਓ ਕੋਈ ਹੁਣ ਜੁੜੀ ਹੋਈ ਹੈ ਮਾਂ ਬੋਲੀ ਦੇ, ਦੋ ਲਾਈਨਾਂ ਬੋਲੋ। ਠੀਕ ਹੈ, ਮੈਂ 1-2 ਸ਼ੇਅਰ ਕਵਾਂਗਾ ਜੀ ਪੰਜਾਬੀ ਸਾਹਿਤ ਨੂੰ ਸਮਰਪਿਤ। ਹਾਂਜੀ,
ਉਜੱਡਾਂ ਨਾਲੋਂ ਵੱਧ ਕੇ ਯਾਰਾ ਮੈਨੂੰ ਕਿਉਂ ਤੜਫਾਇਆ ਈ, ਉਜੱਡਾਂ ਨਾਲੋਂ ਵੱਧ ਕੇ ਯਾਰਾ ਮੈਨੂੰ ਕਿਉਂ ਤੜਫਾਇਆ ਈ, ਇਸ਼ਕ ਦਾ ਬਾਲਣ ਪਾਪਾ ਮੇਰੇ ਦਿਲ ਵਿੱਚ ਲਾਂਬੂ ਲਾਇਆ ਈ, ਮੇਰੇ ਦਿਲ ਵਿੱਚ ਲਾਂਬੂ ਲਾਇਆ ਈ, ਨੈਣ ਪਿਆਸੇ ਤਰਸ ਰਹੇ ਅਜ਼ਲਾਂ ਤੋਂ ਤੇਰੀ ਦੀਦ ਲਈ, ਨੀਂਦ ਨੇ ਆਵੇ ਚੈਨ ਗਵਾਚਾ ਬਿਰਹੋਂ ਰੋਗ ਸਤਾਇਆ ਈ, ਦਿਲ ਨਾ ਚੈਨ ਗਵਾਚਾ ਬਿਰਹੋਂ ਰੋਗ ਸਤਾਇਆ ਈ। ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਦੁਨੀਆ ਇੱਕ ਬਹੁਤ ਵੱਡਾ ਗਲੋਬਲ ਹੋਮ ਬਣ ਚੁੱਕੀ ਆ, ਉਸ ਦੇ ਵਿੱਚ ਜੇ ਸਮਝਿਆ ਜਾਵੇ ਇਸ ਵੱਡੇ ਗਲੋਬਲ ਹੋਮ ਨੂੰ ਚੁਣ ਲਈ ਜੇ ਇੱਕ ਬੋਲੀ ਦਾ ਹੋਣਾ, ਹਰ ਬੋਲੀ ਦਾ ਹੋਣਾ ਬਹੁਤ ਜ਼ਰੂਰੀ ਆ, ਉਸ ਦੇ ਨਾਲ ਇਸ ਪੂਰੀ ਦੁਨੀਆ ਦੀ ਤਰੱਕੀ ਵਾਸਤੇ ਮਾਂ ਬੋਲੀ ਦਾ ਹੋਣਾ ਵੀ ਓਨਾ ਹੀ ਜ਼ਰੂਰੀ ਆ ਜਿੰਨਾ ਕਿ ਆਪਣੀਆਂ ਇੰਟਰਨੈਸ਼ਨਲ ਭਾਸ਼ਾਵਾਂ ਦਾ ਹੋਣਾ ਜ਼ਰੂਰੀ ਆ। ਸੋ ਇਨਸਾਨ ਨੂੰ ਸਾਰੀਆਂ ਭਾਸ਼ਾਵਾਂ ਵੀ ਦੂਜੀਆਂ ਭਾਸ਼ਾਵਾਂ ਦਾ ਓਨਾ ਹੀ ਸਤਿਕਾਰ ਕਰਨਾ ਚਾਹੀਦਾ, ਕਿਉਂਕਿ ਉਹ ਤਰੱਕੀ ਵਾਸਤੇ, ਇਸ ਗਲੋਬਲ ਹੋਮ ਵਾਸਤੇ, ਐਡੀ ਵੱਡੀ ਦੁਨੀਆ ਵਾਸਤੇ ਇੱਕ ਦੂਜੇ ਨਾਲ ਆਪਣੇ ਹਾਵ ਭਾਵ ਜਿਹੜੇ ਦੱਸਣੇ ਆ ਉਹ ਇਹਨਾਂ ਵਾਸਤੇ, ਆਪਣੀ ਮਾਂ ਬੋਲੀ ਦੇ ਇਲਾਵਾ ਦੂਜੀਆਂ ਬੋਲੀਆਂ ਵੀ ਓਨੀ ਜ਼ਰੂਰੀ ਨੇ। ਆਹ ਜੋ ਵੇਖੇ ਨੇ ਇੱਥੋਂ ਦੇ ਪਤਵੰਤੇ ਨੇ, ਇਹ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਨੇ ਇਹ ਸਾਰੇ ਲੰਗਰ ਦਾ ਪ੍ਰਬੰਧ ਕੀਤਾ, ਇਹ ਤੁਸੀਂ ਵੇਖ ਰਹੇ ਜੇ, ਔਰ ਵੇਖੋ ਇਹ ਕਿੱਡਾ ਵੱਡਾ ਉਪਰਾਲਾ ਆ, ਇਸ ਤੋਂ ਵੱਡਾ ਮੈਂ ਉਪਰਾਲਾ ਕੋਈ ਸਮਝਦਾ ਨਹੀਂ ਗਿਆ ਆਪਣੀ ਮਾਂ ਬੋਲੀ ਵਾਸਤੇ, ਹੋਰ ਕੋਈ ਹੋ ਸਕਦਾ ਹੈ। ਸੋ ਆਪਾਂ ਕਿਸ ਤਰ੍ਹਾਂ ਲੱਗਦਾ ਮੇਲਾ, ਕੀ ਫਾਇਦਾ ਇਹਦਾ? ਅੱਛਾ, ਇਹ ਕਿਤਾਬਾਂ ਠੀਕ ਵਧੀਆ। ਸਿੰਘ ਜੀ, ਕੀ ਮਹਿਸੂਸ ਕੀਤਾ ਮੇਲੇ ਵਿੱਚ ਆ ਕੇ ਤੁਸੀਂ? ਬਈ ਵਧੀਆ ਲੱਗਾ। ਕਿਸ ਤਰ੍ਹਾਂ ਵਧੀਆ ਲੱਗਾ ਆ? ਆਪਾਂ ਜੀ ਕਿਤਾਬਾਂ ਪੜ੍ਹਨਾ ਦਿਲ ਕਰਦਾ ਆ? ਕਰਦਾ ਤੇ ਹਾਂ, ਤਾਂ ਸ਼ੌਕ ਦਾ। ਠੀਕ ਹੈ, ਮੋਬਾਈਲ ਦੇ ਵਿੱਚ ਪੜ੍ਹਨਾ ਜ਼ਿਆਦਾ ਚੰਗਾ ਲੱਗਦਾ ਕਿ ਕਿਤਾਬਾਂ ਨਾਲ? ਤੁਸੀਂ ਦੱਸੋ ਗੁੜੀਆ, ਕਿਸ ਤਰ੍ਹਾਂ ਲੱਗ ਰਿਹਾ ਮੇਲਾ? ਵਧੀਆ ਲੱਗ ਰਿਹਾ, ਕਿਤਾਬਾਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਸੋ ਤੁਸੀਂ ਵੇਖ ਰਹੇ ਹੋ ਕਿ ਵਿਦਿਆਰਥੀ ਬਹੁਤ ਹੀ ਗਿਣਤੀ ਦੇ ਵਿੱਚ ਆ ਚੁੱਕੇ ਮੇਲੇ 'ਚ, ਔਰ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਕਿਸ ਤਰ੍ਹਾਂ ਲੱਗ ਰਿਹਾ ਮੇਲਾ? ਇਹਦਾ ਫਾਇਦਾ ਹੋਊਗਾ ਸਟੂਡੈਂਟ ਨੂੰ? ਹਾਂਜੀ ਹਾਂਜੀ, ਹੋਏਗਾ, ਆਮ ਲੋਕਾਂ ਤੱਕ ਜਾਊਗਾ ਇਹ? ਹਾਂਜੀ ਹਾਂਜੀ, ਜਾਏਗਾ। ਲੋਕੀ ਪਹਿਲਾਂ ਆਫਿਸ ਤੋਂ, ਇੰਟਰਨੈਟ ਤੋਂ ਪੜ੍ਹਦੇ ਸੀ, ਬੁੱਕਸ ਤੋਂ ਪੜ੍ਹਨਗੇ, ਕਿਉਂਕਿ ਇਹ ਬਹੁਤ ਇਤਿਹਾਸਿਕ ਵੀ ਹੈਗਾ। ਸੋ ਤੁਸੀਂ ਵੇਖ ਰਹੇ ਜੀ ਇਹ ਮੇਲਾ, ਵੇਖੋ ਤੁਸੀਂ ਕਿੰਨੀ ਬੁੱਕਸ ਦਾ ਲੰਗਰ ਲੱਗਾ ਆ। ਤੁਸੀਂ ਕੁਝ ਬੋਲੋ, ਛੇ ਪਟਾਲੀ ਦੇ ਕਿੱਥੇ ਨੇ? ਤੁਸੀਂ ਦੇਖੋ ਕਿੰਨਾ ਵਧੀਆ ਮੇਲਾ ਤੇ ਕਿੱਡਾ ਵੱਡਾ ਉਪਰਾਲਾ ਆ ਇਹ ਇਹਨਾਂ ਸਹਿ ਸੁਭਾਅ ਵਾਲਿਆਂ ਦਾ। ਆ ਵੇਖੋ ਕਿਸ ਤਰ੍ਹਾਂ ਲੱਗਦਾ ਮੇਲਾ ਇਹ? ਬੜਾ ਵਧੀਆ ਲੱਗਦਾ। ਤੇ ਕੀ ਫਾਇਦਾ ਹੋਊਗਾ ਵਿਦਿਆਰਥੀਆਂ ਦਾ? ਕਿਤਾਬਾਂ ਬੋਲਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। ਹਾਂਜੀ, ਹੈ ਕਿ ਨਹੀਂ ਆਪਣੇ ਖਰਚੇ ਚੋਂ ਪੜ੍ਹਨਾ ਨਾ? ਆਪਾਂ ਪੜ੍ਹੋਗੇ, ਪੜ੍ਹੋਗੇ, ਜਾਣਕਾਰੀ ਮਿਲੂਗੀ, ਜਾਣਕਾਰੀ ਮਿਲੂਗੀ, ਜਾਣਕਾਰੀ। ਅਜੇ ਵੱਖਰੀ ਤਰ੍ਹਾਂ ਦਾ ਲੰਗਰ ਆ, ਕਿਤਾਬਾਂ ਦਾ ਲੰਗਰ ਆ, ਔਰ ਇੱਥੇ ਤੁਸੀਂ ਵੇਖ ਰਹੇ ਜੇ ਕਿ ਲੱਖਾਂ ਰੁਪਏ ਦੀਆਂ ਕਿਤਾਬਾਂ ਮੰਗਾਈਆਂ ਹੈਗੀਆਂ ਆ, ਔਰ ਇਹ ਕਿਤਾਬਾਂ ਜਿਹੜੀਆਂ ਆ ਲੋਕਾਂ ਨੂੰ ਫਰੀ ਦਿੱਤੀਆਂ ਜਾ ਰਹੀਆਂ ਆ, ਔਰ ਇੱਥੋਂ ਦੀ ਜੋ ਲੇਖਕ ਸਭਾ ਹੈਗੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਾਰਾ ਤੁਹਾਡੇ ਕਿਸ ਤਰ੍ਹਾਂ ਦਿਮਾਗ 'ਚ ਇਹ ਲੰਗਰਾਂ ਬਾਰੇ ਆਇਆ ਜੀ? ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂ ਜੀ ਕਿ ਮੈਂ ਪੰਜਾਬੀ ਲੋਕ ਲਿਖਾਰੀ ਮੰਚ ਦਾ ਜੁਆਇੰਟ ਸਕੱਤਰ ਹਾਂ ਜੀ। ਜੀ, ਤਾਂ ਇਹ ਜਿਹੜਾ ਇਹ ਲੰਗਰ ਲਾਉਣ ਵਾਲੀ ਤੁਸੀਂ ਗੱਲ ਕਰ ਰਹੇ ਜੇ, ਜੀ ਜੀ, ਕਿਉਂਕਿ ਇਹ ਪਿਛਲੇ ਸਾਲ ਵੀ ਇਸੇ ਤਰ੍ਹਾਂ ਲੰਗਰ ਅਸੀਂ ਲਾਇਆ ਸੀ ਜੀ, ਤਾਂ ਇਸ ਸਾਲ ਵੀ ਅਸੀਂ ਇਹ ਲੰਗਰ ਲਾਇਆ ਵਾ, ਅਤੇ ਅਸੀਂ ਚਾਹੁੰਦੇ ਹਾਂ ਕਿ ਅੱਗੇ ਵੀ ਇਹ ਸਾਡੀ ਪਰੰਪਰਾ ਜਿਹੜੀ ਆ ਜਾਰੀ ਰਹੇ ਲੰਗਰ ਤੋਂ। ਲੰਗਰ, ਹਾਂਜੀ, ਕਿਤਾਬੀ ਲੰਗਰ ਦੀ, ਕਿਤਾਬੀ ਲੰਗਰ ਦੀ, ਹਾਂਜੀ। ਉਹ ਇਸ ਕਰਕੇ ਸਾਡੇ ਦਿਮਾਗ 'ਚ ਇਹ ਗੱਲ ਆਈ ਕਿਉਂਕਿ ਅੱਜ ਜਿਹੜਾ ਸਾਡੇ ਪੰਜਾਬ ਦਾ ਨੌਜਵਾਨ ਜਿਹੜਾ ਹੈ,
ਮੈਂ ਇਕੱਲੇ ਨੌਜਵਾਨ ਦੀ ਨਾ ਗੱਲ ਕਰਾਂ ਕਿ ਸਾਡਾ ਸਾਰਾ ਹੀ ਜਿਹੜਾ ਪੰਜਾਬ ਦਾ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਦੇ ਨਾਲ ਨਾਲ ਜਿਹੜੇ ਸਿਆਣੇ ਬਜ਼ੁਰਗ ਵੀ ਨੇ ਉਹ ਐਸੀ ਹਾਲਤ ਵੇਖਣ ਨੂੰ ਮਿਲ ਰਹੀ ਆ ਕਿ ਉਹ ਸਾਰੇ ਲਗਭਗ ਮੋਬਾਈਲ ਕਲਚਰ ਨਾਲ ਜੁੜ ਰਹੇ ਆ ਜੀ। ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਮੋਬਾਈਲ ਕਲਚਰ ਜਿਹੜਾ ਹੈ ਸਾਡੀ ਨੌਜਵਾਨ ਪੀੜ੍ਹੀ ਦਾ ਬਹੁਤ ਸਾਰਾ ਸੱਤਿਆਨਾਸ਼ ਕਰ ਰਿਹਾ ਜੀ। ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਪੰਜਾਬੀ ਹੈ ਉਹ ਬੁੱਕ ਕਲਚਰ ਨਾਲ ਜਿਹੜੇ ਵਿਛੜ ਗਏ ਨੇ ਜੀ, ਜਾਂ ਇਹਨੂੰ ਉਹ ਛੱਡ ਚੁੱਕੇ ਆ, ਅਤੇ ਕਿਤਾਬ ਕਲਚਰ ਦੇ ਨਾਲ ਜੁੜਨਾ ਜਿਹੜਾ ਵਾ ਬਹੁਤ ਜ਼ਰੂਰੀ ਹੈ। ਸਾਡਾ ਕਹਿਣ ਦਾ ਮਤਲਬ ਕਿ ਵਿਦਿਆਰਥੀ ਆ ਕਿਤਾਬ ਤੋਂ ਅੱਜ ਕੱਲ੍ਹ ਪੜ੍ਹਦਾ ਘੱਟ ਆ ਵੈ ਦਰਸ਼ਕੋ, ਔਰ ਉਹ ਮੋਬਾਈਲ ਫੜਦਾ ਉਹਦੇ ਵਿੱਚੋਂ ਹੀ ਕੱਢ ਲੈਂਦਾ ਅਤੇ ਉਹਦੇ ਵਿੱਚੋਂ ਹੀ ਪੜ੍ਹਨ ਲੱਗ ਪੈਂਦਾ ਆ, ਔਰ ਇਹ ਸਾਡੇ ਜੋ ਰੀਤੀ ਰਿਵਾਜ਼ ਰਸਮਾਂ ਨਾਲ ਟੁੱਟ ਰਿਹਾ ਬਹੁਤ ਜ਼ਿਆਦਾ, ਉਹਨਾਂ ਪਿੱਛੇ ਗੱਲ ਕਰ ਰਹੇ ਹਾਂ। ਹਾਂਜੀ, ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਗੁਰੂ ਮਹਾਰਾਜ ਨੇ ਵੀ ਸਾਨੂੰ ਸ਼ਬਦ ਗੁਰੂ ਦਾ ਜਿਹੜਾ ਹੈ ਉਹ ਗਿਆਨ ਦਿੱਤਾ ਵਾ ਜੀ, ਵੀ ਸਾਨੂੰ ਸ਼ਬਦ ਗੁਰੂ ਨਾਲ ਜੁੜਨਾ ਚਾਹੀਦਾ, ਕਿਰਤ ਨਾਲ ਜੁੜਨਾ ਚਾਹੀਦਾ, ਸ਼ਬਦ ਗੁਰੂ ਨਾਲ ਜੁੜਨਾ ਚਾਹੀਦਾ, ਸ਼ਬਦ ਨਾਲ ਜੁੜਨਾ ਚਾਹੀਦਾ ਜੀ। ਸੋ ਇਹ ਸਾਡਾ ਇਸ ਕਰਕੇ ਉਪਰਾਲਾ ਸੀ ਵੀ ਇਹ ਜਿਹੜੀਆਂ ਕਿਤਾਬਾਂ ਦਾ ਲੰਗਰ ਆ ਇਹ ਵੱਧ ਤੋਂ ਵੱਧ ਜਿਹੜਾ ਵਾ ਇਹ ਲਾਇਆ ਜਾਵੇ, ਔਰ ਇਹ ਕਿਤਾਬ ਹਰ ਘਰ ਵਿੱਚ ਜਾਵੇ ਤਾਂ ਕਿ ਲੋਕ ਇਹਦਾ ਪੜ੍ਹ ਕੇ ਜਿਹੜਾ ਵਾ ਉਹ ਫਾਇਦਾ ਲੈ ਸਕਣ। ਕਿੰਨੀ ਕਿਤਾਬ ਲੈ ਕੇ ਆਏ ਆ ਜੀ ਆਪਾਂ? ਇਹ ਅੱਜ ਅਸੀਂ 1 ਲੱਖ ਰੁਪਏ ਤੋਂ ਵੱਧ ਦੀਆਂ ਕਿਤਾਬਾਂ ਲੈ ਕੇ ਆਏ, 1 ਲੱਖ ਉੱਪਰ ਕਿਤਾਬਾਂ ਲੈ ਕੇ। ਹਾਂ, ਉੱਪਰ ਲੈ ਕੇ ਆਏ, ਔਰ ਇਹ ਖੁੱਲ੍ਹ ਆਇਆ ਜਿਹੜਾ ਮਰਜ਼ੀ ਕਿਤਾਬ। ਹਾਂ, ਜਿਹੜਾ ਮਰਜ਼ੀ ਲੈ ਜਾਏ, ਇੱਕ ਕਿਤਾਬ ਅਸੀਂ ਫ੍ਰੀ ਉਹਨਾਂ ਨੂੰ ਕਹਿ ਤਾ ਸਾਰਿਆਂ ਨੂੰ। ਇਸ ਉਪਰਾਲੇ ਨਾਲ ਤੁਹਾਨੂੰ ਕੀ ਲੱਗਦਾ ਹੈ ਲੋਕ ਵੱਧ ਵੱਧ ਜੁੜਨਗੇ? ਸਾਡਾ ਤਾਂ ਵੈਸੇ ਇਹੀ ਹੈਗਾ, ਉਪਰਾਲਾ ਵੀ ਆ, ਔਰ ਅਸੀਂ ਆਸ ਵੀ ਕਰਦੇ ਹਾਂ ਕਿ ਜਿਹੜੇ ਘਰ 'ਚ ਕਿਤਾਬ ਜਾਊਗੀ ਕਮ ਸੇ ਕਮ ਕੋਈ ਨਾ ਕੋਈ 1-2 ਮੈਂਬਰ ਉਹਨੂੰ ਪੜ੍ਹਨਗੇ ਔਰ ਉਹਦੇ ਨਾਲ ਜੁੜਨਗੇ ਔਰ ਉਹਦਾ ਫਾਇਦਾ ਹੋਊਗਾ। ਤੁਸੀਂ ਪਿਛਲੇ ਸਾਲ ਵੀ ਲੰਗਰ ਲਾਇਆ? ਪਿਛਲੇ ਸਾਲ ਵੀ ਲੰਗਰ ਲਾਇਆ, ਤੁਹਾਨੂੰ ਕੀ ਲੱਗਾ ਇਸ ਤੋਂ ਵਧੀਆ ਆਇਆ? ਹਾਂਜੀ ਹਾਂਜੀ, ਪਿਛਲੇ ਸਾਲ ਸਾਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ ਸੀਗਾ। ਚੰਗਾ ਹੁੰਗਾਰਾ? ਹਾਂਜੀ, ਉਸ ਤੋਂ ਪ੍ਰੇਰਿਤ ਹੋ ਗਏ ਤੁਸੀਂ? ਉਸ ਤੋਂ ਪ੍ਰੇਰਿਤ ਹੋ ਕੇ ਅਸੀਂ ਇਸ ਸਾਲ ਫਿਰ ਲੰਗਰ ਜਿਹੜਾ ਉਹ ਦੁਬਾਰਾ ਲਾਇਆ। ਸੋ ਦਰਸ਼ਕੋ, ਤੁਸੀਂ ਵੇਖ ਰਹੇ ਕਿ ਇੱਥੋਂ ਦੇ ਜੋ ਪ੍ਰਬੰਧਕ ਨੇ ਸਾਰੇ ਸ਼ਾਇਰ ਨੇ, ਲੇਖਕ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਚੱਲਦੇ, ਹੋਰਨਾਂ ਨੇ ਵੀ ਜੋ ਲੇਖਕ ਨੇ ਜਾਂ ਸ਼ਾਇਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ ਜੀ। ਹਾਂਜੀ ਹਾਂਜੀ, ਮੈਂ ਸੁਰਿੰਦਰ ਸਿੰਘ ਨਿਮਾਣਾ ਇਸ ਵੇਲੇ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ, ਅਤੇ ਮੈਂ ਬਟਾਲੇ ਦਾ ਰਹਿਣ ਵਾਲਾ। ਬਟਾਲੇ ਦੇ ਵਿੱਚ ਡਾਕਟਰ ਅਨੂਪ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਅਸੀਂ ਲਗਭਗ 3.5 ਦਹਾਕਿਆਂ ਤੋਂ ਜੀ ਬਲਵਿੰਦਰ ਸਿੰਘ ਗੰਭੀਰ ਅਤੇ ਮੈਂ ਸਪੈਸ਼ਲ ਇਹਨਾਂ ਦੇ ਨਾਲ ਜੁੜੇ, ਜਿਉਂ ਜੁੜੇ ਤਿਉਂ ਹੀ ਅਸੀਂ ਕਿਤਾਬਾਂ ਦੇ ਨਾਲ ਜ਼ਿਆਦਾ ਜੁੜ ਗਏ ਜੀ। ਤੋ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡਾ ਵਿਕਾਸ ਹੋਇਆ ਅਤੇ ਅਨੇਕਾਂ ਲੋਕਾਂ ਦਾ ਵਿਕਾਸ ਹੋ ਰਿਹਾ। ਤੋ ਪੰਜਾਬੀ ਮਾਂ ਬੋਲੀ ਦਿਵਸ, ਕਿਉਂਕਿ ਸਾਡੇ ਵਾਸਤੇ ਇਹ ਪੰਜਾਬੀ ਮਾਂ ਬੋਲੀ ਦਿਵਸ ਹੈ, ਵੈਸੇ ਇਹ ਅੰਤਰਰਾਸ਼ਟਰੀ ਭਾਸ਼ਾ ਦਿਵਸ ਹੈ। ਅੱਜ ਦਾ ਦਿਨ ਜਿਹੜਾ ਹੈ ਅੰਤਰਰਾਸ਼ਟਰੀ ਭਾਸ਼ਾ ਦਿਵਸ ਹੈ। ਸਾਰੇ ਸੰਸਾਰ ਦੇ ਵਿੱਚ ਲੋਕ ਜਿਹੜੇ ਨੇ ਸਾਡੇ, ਅਸੀਂ ਪੰਜਾਬੀ ਤਾਂ ਵਿਸਲੇ ਹਾਂ, ਸਾਡਾ ਵਿਸਲਾਪਣ ਹੁਣ ਖਤਮ ਹੋ ਰਿਹਾ, ਥੋੜ੍ਹਾ ਥੋੜ੍ਹਾ ਇਹ ਟੁੱਟ ਰਿਹਾ। ਤੋ ਇਹ ਬਾਹਰ ਬਹੁਤ ਲੋਕ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੇ ਨੇ, ਬੜੇ ਸੰਵੇਦਨਸ਼ੀਲ ਨੇ। ਤੋਂ ਇਹ ਅਸੀਂ ਆਸ ਕਰਦੇ ਹਾਂ ਕਿ ਸਾਡੀ ਸੰਵੇਦਨਾ ਜਿਹੜੀ ਹੈ ਇਹ ਬਣੇ, ਇੱਕ ਮਾਸਸ ਦੀ ਸੰਵੇਦਨਾ ਜਿਹੜੀ ਇੱਕ ਖਾਸ ਤੌਰ 'ਤੇ ਸਾਡੀ ਨਵੀਂ ਪੀੜ੍ਹੀ ਹੈ ਉਹਦੀ ਸੰਵੇਦਨਾ ਬਣੇ, ਮਾਂ ਬੋਲੀ ਪ੍ਰਤੀ ਪਿਆਰ ਜਾਗੇ। ਅਸੀਂ ਵੇਖਦੇ ਹਾਂ ਕਿ ਅੰਗਰੇਜ਼ੀ ਸਕੂਲ ਹੋ ਗਏ, ਹਿੰਦੀ ਨੂੰ ਉਭਾਰਨ ਦੇ ਵਾਸਤੇ ਸਾਡੇ ਪੰਜਾਬ ਦੇ ਵਿੱਚ ਹੀ ਬੜੇ ਤੱਤ ਨੇ ਜੀ। ਅਸੀਂ ਕਿਸੇ ਭਾਸ਼ਾ ਦੇ ਵਿਰੋਧੀ ਨਹੀਂ ਹੈਗੇ, ਭਾਸ਼ਾਵਾਂ ਸਾਰੀਆਂ ਸਾਡੀਆਂ ਨੇ, ਸਾਡੇ ਦੇਸ਼ 'ਚ ਪੈਦਾ ਹੋਈਆਂ। ਅੰਗਰੇਜ਼ੀ ਭਾਸ਼ਾ ਵੀ ਮਾੜੀ ਨਹੀਂ, ਸਾਰੀ ਚੰਗੀ ਹੈ, ਪਰ ਆਪਣੀ ਭਾਸ਼ਾ ਤੋਂ ਬੇਮੁੱਖ ਹੋ ਕੇ ਜਦੋਂ ਆਪਾਂ ਕਰਦੇ ਹਾਂ ਉਦੋਂ ਸਾਡਾ ਘੋਰ ਨੁਕਸਾਨ ਹੁੰਦਾ ਹੈ, ਅਤੇ ਦੂਜੀ ਭਾਸ਼ਾ ਸਿੱਖਣ ਵਾਸਤੇ ਬੋਲਣ ਵਾਸਤੇ ਵੀ ਸਾਨੂੰ ਵਿਸ਼ੇਸ਼ ਤਰੱਦਦ ਕਰਨਾ ਪੈਂਦਾ। ਅਸੀਂ ਸਹਿਜ ਰੂਪ ਦੇ ਵਿੱਚ ਆਪਣੇ ਦਿਲ ਦੀ ਗੱਲ, ਆਪਣੇ ਭਾਵਾਂ, ਜਜ਼ਬਾਤਾਂ ਨੂੰ ਤਾਂ ਪੇਸ਼ ਬਹੁਤ ਹੀ ਘੱਟ ਕਰ ਸਕਦੇ ਜੀ। ਸੋ ਇਹ ਜਜ਼ਬਾਤਾਂ ਦੀ ਬੋਲੀ ਹੁੰਦੀ ਹੈ, ਇਹਦੇ ਵਿੱਚ ਅਸੀਂ ਗੁੜਤੀ ਲਈ ਹੈ, ਇਹਦੀ
ਮਾਂ ਦੇ ਦੁੱਧ ਤੋਂ ਗੁੜਤੀ ਲਈ ਜਾਂਦੀ ਹੈ। ਤੋ ਇਸ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਜਿਹੜਾ ਹੈ ਇਹ ਜਾਗੇ, ਉਹ ਜਾਗਣ ਦਾ ਇੱਕ ਸਾਧਨ ਜਿਹੜਾ ਹੈ ਉਹ ਕਿਤਾਬਾਂ ਨੇ ਜੀ। ਕਿਤਾਬਾਂ ਦੇ ਵਿੱਚ ਅੱਖਰਾਂ ਦੀ ਜਿਹੜੀ ਛਪੇ ਅੱਖਰਾਂ ਦੀ ਆਪਣੀ ਅਹਿਮੀਅਤ ਹੁੰਦੀ ਹੈ ਜੀ। ਅਤੇ ਇਹ ਛਪੇ ਅੱਖਰ ਜਦੋਂ ਮਨ ਦੇ ਵਿੱਚ ਵਸ ਜਾਣ ਜੀ, ਤਾਂ ਫਿਰ ਉਹ ਅਸੀਂ ਆਸ ਕਰਦੇ ਹਾਂ ਕਿ ਫਿਰ ਜਿਹੜਾ ਸਹਿਜ ਰੂਪ ਵਿੱਚ ਇਨਕਲਾਬ ਆ ਸਕਦਾ। ਸੋ ਤੁਸੀਂ ਦਰਸ਼ਕੋ ਵੇਖ ਰਹੇ ਜੇ ਕਿ ਉਹ ਜੋ ਲੰਗਰ ਦੱਸ ਰਹੇ ਨੇ ਉਹਨਾਂ ਕਿੱਡੇ ਸੁਚੱਜੇ ਢੰਗ ਦੇ ਨਾਲ ਦੱਸਿਆ ਕਿ ਇਹ ਲੰਗਰ ਦਾ ਮਕਸਦ ਕੀ ਆ, ਇਹਦਾ ਮੰਤਵ ਕੀ ਆ। ਤੋ ਆਪਾਂ ਦੂਜੇ ਵੀ ਜੋ ਸ਼ਾਇਰ ਨੇ ਜਾਂ ਲੇਖ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਅਸੀਂ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖ ਸਭਾ ਜੀ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਜੀ ਇਹ ਉਪਰਾਲਾ ਦੂਜੀ ਵਾਰ ਕਰ ਰਹੇ ਹਾਂ ਜੀ। ਇੱਕ ਵਾਰ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਪੁਰਸ਼ ਤੇ ਪੁਰਬ 'ਤੇ ਕੀਤਾ ਸੀ। ਅਸੀਂ ਵੱਡੀ ਗਿਣਤੀ 'ਚ ਕਿਤਾਬਾਂ ਲੋਕਾਂ 'ਚ ਵੰਡੀਆਂ ਜੀ, ਫਰੀ ਵੰਡੀਆਂ। ਅੱਜ ਅਸੀਂ ਮਾਂ ਬੋਲੀ ਦਿਵਸ 'ਤੇ ਜੀ ਮਾਂ ਬੋਲੀ ਨਾਲ ਸੰਬੰਧਿਤ ਕਿਤਾਬਾਂ ਜੀ, ਪੰਜਾਬੀ ਬੋਲੀ ਨਾਲ ਸੰਬੰਧਿਤ ਕਿਤਾਬਾਂ ਜੀ, ਪੰਜਾਬੀ ਬੋਲੀ ਨੂੰ ਪ੍ਰਮੋਟ ਕਰਨ ਵਾਲੀਆਂ ਕਿਤਾਬਾਂ ਦੀ ਅੱਜ ਇੱਥੇ ਆਪਾਂ ਇੱਕ ਲੰਗਰ ਲਾਇਆ ਜੀ। ਅਸੀਂ ਹਰ ਜਿਹੜਾ ਲੰਘਣ ਵਾਲਾ ਦੋਸਤ ਮਿੱਤਰ ਆ ਉਹਨੂੰ ਕਹਾਂਗੇ ਵੀ ਇਹ ਕਿਤਾਬ ਲੈ ਜੇ। ਸਾਡਾ ਮੰਤਵ ਇਹ ਆ ਜੀ ਕਿ ਪੰਜਾਬੀ ਕਿਰਤ ਨਾਲ ਜੁੜਨ ਜੀ, ਪੰਜਾਬੀ ਸ਼ਬਦ ਨਾਲ ਜੁੜਨ ਜੀ, ਪੰਜਾਬੀ ਸ਼ਰਾਬ ਛੱਡਣ ਜੀ, ਪੰਜਾਬੀ ਸ਼ਰਾਬ ਨੇ ਕਿਤਾਬ ਖਰੀਦਣ ਜੀ, ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦਾ ਹੜ ਆ ਇਹਨੂੰ ਠੱਲ ਪਵੇ। ਔਰ ਅਸੀਂ ਇਹ ਚਾਹਵਾਂਗੇ ਭਈ ਸੱਤਾ ਸਥਾਪਤੀ ਚਾਹੇ ਸਰਕਾਰਾਂ BJP ਦੀ ਹੋਵੇ, ਚਾਹੇ ਸਰਕਾਰ ਕਾਂਗਰਸ ਦੀ ਹੋਵੇ ਜੀ, ਚਾਹੇ ਸਰਕਾਰ ਅਕਾਲੀਆਂ ਦੀ ਹੋਵੇ ਜੀ, ਮੈਂ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਕਹਿਣੀ ਚਾਹੁੰਦਾ ਕਿ 1992 ਤੋਂ ਬਾਅਦ ਪੰਜਾਬ ਦੀਆਂ ਸਰਕਾਰਾਂ ਨੇ, ਹਿੰਦੁਸਤਾਨ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਦੇ ਖਿਲਾਫ਼ ਇੱਕ ਜੰਗ ਛੇੜ ਦਿੱਤੀ ਜੀ। ਔਰ ਉਸ ਜੰਗ ਦੇ ਵਿਰੋਧ ਕਰਦੇ ਹੋਏ ਜਿਹੜੀਆਂ ਸਰਕਾਰਾਂ ਨੇ ਇੱਕ ਜੰਗ ਸ਼ੁਰੂ ਕੀਤੀ ਆਪਣੇ ਲੋਕਾਂ ਨਾਲ, ਉਹਦੇ 'ਚ ਆ ਕੇ ਉਹਨਾਂ ਦੀ ਬੋਲੀ ਨਾਲੋਂ ਲੋਕਾਂ ਨੂੰ ਤੋੜੋ, ਉਹਨਾਂ ਨੂੰ ਸ਼ਬਦ ਨਾਲੋਂ ਜੋੜੋ। ਅਸੀਂ ਇੱਕ ਨਿਰਮਾਣ ਜਿਹਾ ਉਪਰਾਲਾ ਕਰ ਰਹੇ ਹਾਂ ਭਈ ਗੁਰੂ ਨਾਨਕ ਪਾਤਸ਼ਾਹ ਸਾਡੇ ਸਾਹਮਣੇ ਇੱਕ ਉਦਾਹਰਣ ਆ ਭਈ ਗੁਰੂ ਨਾਨਕ ਪਾਤਸ਼ਾਹ ਨੇ ਸਮੇਂ ਦੇ ਜਾਬਰਾਂ ਨੂੰ ਵਗਾ ਰਿਹਾ ਸੀ ਅਤੇ ਸ਼ਬਦ ਰਾਹੀਂ ਵਗਾ ਰਿਹਾ ਸੀ, ਸ਼ਬਦ ਰਾਹੀਂ ਵਗਾ ਰਿਹਾ ਸੀ। ਅਸੀਂ ਉਸ ਗੁਰੂ ਨਾਨਕ ਪਾਤਸ਼ਾਹ ਦਾ ਉਹ ਜਿਹੜਾ ਸੁਨੇਹਾ ਵੀ ਸਾਡੇ ਲੋਕ ਸ਼ਬਦ ਨਾਲ ਜੁੜਨ, ਸਾਡੇ ਲੋਕ ਕਿਰਤ ਨਾਲ ਜੁੜਨ, ਅਸੀਂ ਇਹ ਸੁਨੇਹਾ ਸੰਚਾਰਿਤ ਕਰਨ ਦਾ ਆਪਣੇ ਵੱਲੋਂ ਇੱਕ ਨਿਰਮਾਣ ਜਿਹਾ ਯੋਗਦਾਨ ਪਾ ਰਿਹਾ ਸਾਡਾ ਇਹਨਾਂ ਯੋਗ। ਧੰਨਵਾਦ ਹਰਿੰਦਰ ਵੇਰਕਾ ਦੇ ਨਾਲ ਮੈਂ ਵਜ਼ੀਰ ਮੁਦਲ, ਆਵਾਜ਼ੇ ਕੌਮ TV ਬਟਾਲਾ।